ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ ਹਰ ਹਫਤੇ ਦੀ ਤਰ੍ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ حاضر ਹਾਂ ਤੇ ਹਰ ਹਫਤੇ ਦੀ ਤਰ੍ਹਾਂ ਹੀ ਸਾਡੇ ਸਟੂਡੀਓ ਦੇ ਵਿੱਚ ਅਗੇ ਪੱਤਰਕਾਰ ਜਨਾਬ ਸੰਤਰਾਮ ਸਿੰਘ ਮਾਨਕ ਜੀ ਆਪਣੇ ਨੇ ਮਾਨਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਅਸੀਂ ਕੁਝ ਇੱਕ ਉਹ ਖਬਰਾਂ ਜਿਨ੍ਹਾਂ ਦੇ ਬਾਬਤ ਇਹਨਾਂ ਦੇ ਵਿਚਾਰ ਜਾਣਨੇ ਨੇ ਉਹ ਸਾਂਝੀਆਂ ਕਰਦੇ ਹਾਂ ਕਿ 21 ਤਰੀਕ ਨੂੰ ਪੂਰੇ ਵਿਸ਼ਵ ਦੇ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਬੋਲੀ ਜਾਂਦੀ ਰਹੀ ਤਾਂ ਪੰਜਾਬੀ ਜਾਂਦੇ ਰਹਿਣਗੇ ਤੇ ਪੰਜਾਬ ਦੇ ਵਿੱਚ ਵੀ ਬਹੁਤ ਉਤਸ਼ਾਹ ਦੇ ਨਾਲ ਬੜੇ ਚਾਅ ਦੇ ਨਾਲ ਬੜੀ ਅਗਾਹ ਵਧੂ ਸੋਚ ਦੇ ਨਾਲ ਇਸ ਦਿਹਾੜੇ ਨੂੰ ਮਨਾਇਆ ਜਾਂਦਾ ਖਾਸ ਕੇ ਜਲੰਧਰ ਖੇਤਰ ਦੇ ਵਿੱਚ ਪੰਜਾਬ ਜਾਗਰਤੀ ਮੰਚ ਦੇ ਵੱਲੋਂ ਜੋ ਕਮਾਲ ਕੀਤੀ ਗਈ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਉਹਦੇ ਬਾਬਤ ਜਾਣਕਾਰੀ ਲਵਾਂਗੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਜਿਹੜੀਆਂ ਗੁਰਦੁਆਰਾ ਪ੍ਰਬੰਧਨ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ 26 ਤਰੀਕ ਨੂੰ ਉਹਦੇ ਬਾਬਤ ਉੱਥੇ ਰਾਜਨੀਤਿਕ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸਿਆਸੀ ਕਿਆਸ ਅਰੰਗਾਂ ਲੰਗਾ ਜਾ ਰਹੀਆਂ ਨੇ ਕਿ ਕੌਣ ਜਿੱਤ ਸਕਦਾ ਹੈ ਕੌਣ ਹਾਰ ਸਕਦਾ ਹੈ ਕਿਵੇਂ ਸ਼ਰਤਾਂ ਲੱਗਦੀਆਂ ਨੇ ਤੇ ਦਿਆਲ ਸਿੰਘ ਕੋਲਿਆਵਾਲੀ ਜਿਹੜੇ ਕਿ ਸੀਨੀਅਰ ਅਕਾਲੀ ਆਗੂ ਨੇ ਮੁੱਖ ਮੰਤਰੀ ਦੇ ਖਾਸਮ ਖਾ ਨੇ ਉਹਨਾਂ ਦਾ ਮੀਟਰ ਪੁੱਟ ਦਿੱਤਾ ਗਿਆ ਕਿਉਂਕਿ 23 ਲੱਖ ਰੁਪਏ ਦਾ ਬਿਜਲੀ ਦਾ ਭੁਗਤਾਨ ਨਹੀਂ ਸੀ ਕੀਤਾ ਗਿਆ ਕੁਝ ਹੋਰ ਵੀ ਖਬਰਾਂ ਨੇ ਮਾਨਕ ਸਾਹਿਬ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਾਨਕ ਸਾਹਿਬ ਪਹਿਲਾਂ ਤਾਂ ਮੁਬਾਰਕਬਾਦ ਦੇਣੀ ਬਣਦੀ ਹੈ ਕਿ 21 ਤਰੀਕ ਨੂੰ ਮਾਂ ਬੋਲੀ ਦਿਵਸ ਹੈ ਅਸੀਂ ਸਾਰੇ ਮਾਂ ਬੋਲੀ ਦੇ ਨਾਲ ਜੁੜੇ ਹੋਏ ਹਾਂ ਮਾਂ ਬੋਲੀ ਦੇ ਕਰਜ਼ਦਾਰਾਂ ਤੁਹਾਡੇ ਵੱਲੋਂ ਤੇ ਆਪਣੀ ਸਮੁੱਚੀ ਜਿਹੜੀ ਟੀਮ ਹੈ ਉਹਦੇ ਵੱਲੋਂ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਹਰ ਸਾਲ ਬਹੁਤ ਵਿਸ਼ਾਲ ਮਾਰਚ ਕੱਢਿਆ ਜਾਂਦਾ ਹੈ ਮਾਂ ਬੋਲੀ ਦੇ ਬਾਬਤ ਤੇ ਇਸ ਮਾਰਚ ਦੇ ਬਾਬਤ ਕੀ ਕਹਿਣਾ ਚਾਹੋਗੇ ਟੈਣਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਸਾਡਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਿਆ ਹੋਇਆ ਪੰਜਾਬੀ ਭਾਈਚਾਰਾ ਜੀ ਉਸ ਨੂੰ ਮੈਂ ਜਿਹੜਾ ਕ ਮੰਤਰੀ ਮਾਂ ਬੋਲੀ ਦਿਵਸ ਤੇ ਸ਼ੁਭ ਕਾਮਨਾਵਾਂ ਦੇਣਾ ਤੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਬੋਲਣੀ ਜ਼ਰੂਰ ਸਿਖਾਓ ਬੱਚਿਆਂ ਦੇ ਅੰਦਰ ਪੰਜਾਬੀ ਜ਼ਬਾਨ ਪੰਜਾਬੀ ਸੱਭਿਆਚਾਰ ਬਾਰੇ ਇੱਕ ਮਾਣ ਦੀ ਭਾਵਨਾ ਪੈਦਾ ਕਰੋ ਸਾਡਾ ਵਿਰਸਾ ਬੜਾ ਅਮੀਰ ਹੈ ਇਸ ਅਮੀਰ ਵਿਰਸੇ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੇ ਆਪਣੇ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਸਾਡਾ ਫਰਜ਼ ਹੈ ਪੰਜਾਬੀ ਦੇ ਪੱਤਰਕਾਰ ਪੰਜਾਬੀ ਦੇ ਲੇਖਕ ਪੰਜਾਬੀ ਦੇ ਸਾਹਿਤਕਾਰ ਤੇ ਪੰਜਾਬੀ ਬੁੱਧੀਜੀਵੀ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਆਪਣੇ ਲੋਕਾਂ ਨੂੰ ਸचेਤ ਕਰਨ ਕਿ ਜਿਹੜੀ ਤੁਹਾਡੀ ਜ਼ਬਾਨ ਆ ਉਹਦੇ ਨਾਲ ਹੀ ਜਿਹੜੀ ਸਭਿਆਤਮਾ ਜਿਉਂਦੀਆਂ ਰਹਣੀਆਂ ਜੇ ਪੰਜਾਬੀ ਸਿਵਲਾਈਜੇਸ਼ਨ ਨੇ ਦੇਸ਼ ਵਿਦੇਸ਼ ਵਿੱਚ ਅੱਗੇ ਵਧਣਾ ਆਪਣੀ ਪਛਾਣ ਕਾਇਮ ਰੱਖਣੀ ਆ ਆਪਣਾ ਗੀਤ ਸੰਗੀਤ ਆਪਣੀ ਪੱਤਰਕਾਰੀ ਆਪਣੀ ਸਹਿਤਕਾਰੀ ਨੂੰ ਜ਼ਿੰਦਾ ਰੱਖਣਾ ਇਹਦਾ ਅੱਗੇ ਹੋਰ ਵਿਕਾਸ ਕਰਨਾ ਇਹਦੇ ਵਿੱਚ ਸਿਰਜਣਾਤਮਿਕ ਜਿਹੜੀਆਂ ਅਸੀਂ بلندیاں ਹੋਰ ਛੂਣੀਆਂ ਹੈਗੀਆਂ ਤਾਂ ਸਾਨੂੰ ਆਪਣੀ ਜ਼ੁਬਾਨ ਜਿਹੜੀ ਆ ਉਹ ਪੜਨੀ ਲਿਖਣੀ ਤੇ ਬੋਲਣੀ ਚਾਹੀਦੀ ਔਰ ਇਹ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਜੀ ਮਾਨਕ ਸਾਹਿਬ ਜਿਵੇਂ ਕਿ ਅਸੀਂ ਪੰਜਾਬੀ ਬੋਲੀ ਦੀ ਗੱਲ ਕਰ ਰਹੇ ਆ ਜਦੋਂ ਤੁਸੀਂ ਇਹ ਪਹਿਲਾ ਜਿਹੜਾ ਮਾਰਚ ਆ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਦੀਪਕ ਬਾਲੀ ਜੀ ਹੋਰੀ ਨੇ ਤੇ ਹੋਰ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀ ਨਾਲ ਮੁਹੱਬਤ ਕਰਨ ਵਾਲੇ ਸੱਜਣ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਵੈਸੇ ਤੁਸੀਂ ਉਦਮ ਕੀਤਾ ਸਰਬੱਤ ਦਾ ਭਲਾ ਟਰਸਟ ਬਿਲਕੁਲ ਸਰਬੱਤ ਦਾ ਭਲਾ ਟਰਸਟ ਆ ਜਿਹੜੇ ਉਬਰਾਈ ਸਾਹਿਬ ਨੇ ਉਹਨਾਂ ਦੇ ਵੱਲੋਂ ਬੜਾ ਉੱਚੇਚਾ ਯੋਗਦਾਨ ਪਾਇਆ ਜਾਂਦਾ ਜਦੋਂ ਪਹਿਲਾ ਤੁਸੀਂ ਮਾਰਚ ਸ਼ੁਰੂ ਕੀਤਾ ਤੇ ਅੱਜ ਵੀ ਤਰੀਕ ਦੇ ਵਿੱਚ ਜਦੋਂ ਇਹ ਕੁਝ ਕੁ ਘੰਟਿਆਂ ਬਾਅਦ ਹੁਣ ਸ਼ੁਰੂ ਹੋਣਾ ਤੇ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਇਹ ਦਿਨ ਇਹ ਇੱਕ ਤਿਉਹਾਰ ਵਰਗਾ ਬਣ ਗਿਆ ਬੜੇ ਦੂਰ ਦੂਰ ਤੋਂ ਲੋਕ ਆਉਂਦੇ ਨੇ ਇਹਦੇ ਵਿੱਚ ਸ਼ਿਰਕਤ ਕਰਦੇ ਨੇ ਕੀ ਭਾਵਨਾਵਾਂ ਇਹਦੇ ਚ ਟੈਨਾ ਜੀ ਭਾਵਨਾ ਤਾਂ ਸਾਡੀ ਇਹੀ ਹੈ ਕਿ ਸਾਡਾ ਇੰਨਾ ਅਮੀਰ ਵਿਰਸਾ ਸਾਡੇ ਕੋਲ ਇੰਨਾ ਵਧੀਆ ਸਾਹਿਤ ਹੈ ਸਾਡੇ ਕੋਲ ਐਨੀ ਜਿਹੜੀ ਵਧੀਆ ਪੱਤਰਕਾਰੀ ਹੈ ਸਾਡੇ ਕੋਲ ਇਹ ਇੰਨਾ ਪੰਜਾਬੀ ਵਧੀਆ ਗੀਤ ਸੰਗੀਤ ਹੈ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਮਾਣਯੋਗ ਆ ਫਖਰਯੋਗ ਆ ਇਹਨਾਂ ਦਾ ਸਾਨੂੰ ਆਨੰਦ ਮੰਨਣਾ ਚਾਹੀਦਾ ਔਰ ਇਹਨਾਂ ਦੇ ਵਿੱਚ ਜੋ ਜ਼ਿੰਦਗੀ ਨੂੰ ਬਿਹਤਰ ਸੇ ਦੇਣ ਲਈ ਜੋ ਇਹਦੇ ਵਿੱਚ ਸਿਖਿਆਵਾਂ ਨੇ ਉਹ ਸਾਨੂੰ ਆਪ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਆਪਣੀ ਅਗਲੀ ਪੀੜ੍ਹੀ ਤੱਕ ਉਹ ਚੀਜ਼ਾਂ ਪਹੁੰਚਾਉਣੀਆਂ ਚਾਹੀਦੀਆਂ ਜਦੋਂ ਵੀ ਦੇਸ਼ਾਂ ਵਿਦੇਸ਼ਾਂ 'ਚ ਦੋ ਪੰਜਾਬੀ ਜਿਹੜੇ ਆ ਮਿਲਦੇ ਆ ਔਰ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਬਹੁਤ ਹੀ ਸੰਤੁਸ਼ਟੀ ਹੁੰਦੀ ਆ ਜਦੋਂ ਅਸੀਂ ਜਿਹੜਾ ਆਪਣੇ ਕੋਲ ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣਦੇ ਆ ਬਾਬਾ ਫਰੀਦ ਦੇ ਸ਼ਲੋਕ ਹੁੰਦੇ ਆ ਜਾਂ ਅਸੀਂ ਜਿਹੜੇ ਸਾਡੇ ਕਿੱਸਾ ਕਾਪ ਦੇ ਕبھی ਹੋਇਆ ਵਾਰਿਸ਼ ਆਇਆ ਦਮੋਦਰ ਉਹਨੂੰ ਪੜਦੇ ਆ ਜਾਂ ਅਸੀਂ ਬੀਰਸੀ ਸਾਹਿਤ ਪੜਦੇ ਆ ਜਾਂ ਸਾ ਅਸੀਂ ਆਧੁਨਿਕ ਸਾਹਿਤ ਪੜਦੇ ਆ ਸ਼ੇਵ ਕੁਮਾਰ ਬਟਾਲਵੀ ਨੂੰ ਪੜਦੇ ਆ ਤੇ ਜਿਹੜੇ ਹੋਰ ਸਾਡੇ ਸਰਜੀਤ ਪਾਤਰ ਜੀ ਆ ਗਰਪਾਜਨ ਗਿੱਲ ਆ ਜਾਂ ਸਾਡੇ ਹੋਰ ਜਿਹੜੇ ਅੱਛੇ ਸ਼ਾਇਰ ਆ ਉਹਨਾਂ ਦੀ ਸ਼ਾਇਰੀ ਪੜਦੇ ਆ ਤੇ ਸਾਨੂੰ ਉਹਦੇ ਚੋਂ ਆਨੰਦ ਵੀ ਮਿਲਦਾ ਸੰਤੁਸ਼ਟੀ ਵੀ ਮਿਲਦੀ ਆ ਤੇ ਕੁਝ ਜੀਵਨ ਨੂੰ ਸੇਧ ਵੀ ਮਿਲਦੀ ਆ ਅਸੀਂ ਉਹਨਾਂ ਨੂੰ ਇੰਜੋਏ ਵੀ ਕਰਦੇ ਆ ਉਹਨਾਂ ਦਾ ਆਨੰਦ ਵੀ ਮਾਰਦੇ ਆ ਮੈਂ ਸਮਝਦਾ ਕੇ ਮਨੁੱਖ ਨੂੰ ਜਿਹੜਾ ਇੱਕ ਆਪਣੀ ਬਿਹਤਰ ਸ਼ਖਸੀਅਤ ਦਾ ਵਿਕਾਸ ਕਰਨ ਲਈ ਸਿਰਫ ਰੋਟੀ ਰੋਜ਼ੀ ਕਮਾਣ ਲਈ ਕੰਮ ਧੰਦੇ ਹੀ ਨਹੀਂ ਸਿੱਖਣੇ ਚਾਹੀਦੇ ਬਲਕਿ ਆਪਣਾ ਵਿਰਸਾ ਆਪਣਾ ਸਹਿਤ ਆਪਣਾ ਸਭਿਆਚਾਰ ਤੇ ਆਪਣੀ ਜ਼ਬਾਨ ਜਿਹੜੀ ਆ ਇਹਨੂੰ ਵੀ ਆਪਣੀ ਰੂਹ 'ਚ ਵਸਾਉਣਾ ਚਾਹੀਦਾ ਤਾਂ ਫਿਰ ਤੁਸੀਂ ਜਿੱਥੇ ਵੀ ਜਾਓਗੇ ਦੇਸ਼ ਵਿਦੇਸ਼ ਵਿੱਚ ਜਾ ਕੇ ਭਾਵੇਂ ਤੁਸੀਂ ਪੰਜਾਬ 'ਚ ਬਾਹਰ ਜਾ ਪੰਜਾਬ ਤੋਂ ਬਾਹਰ ਜਾ ਕੇ ਵੀ ਵਸੋ ਪੰਜਾਬੀਅਤ ਦੀ ਜਿਹੜੀ ਖੁਸ਼ਬੂ ਆ ਉਹ ਤੁਹਾਡੇ ਨਾਲ ਜਾਏਗੇ ਔਰ ਜਿਹੜਾ ਪੰਜਾਬੀ ਸਭਿਆਚਾਰ ਦਾ ਜਿਹੜਾ ਮੰਤਰੀ ਸੰਦੇਸ਼ ਹੈ ਕਿ ਸਮੁੱਚੀ ਦੁਨੀਆ ਦੇ ਲੋਕ ਜਿਹੜੇ ਆ ਇੱਕ ਭਾਈਚਾਰੇ ਦੀ ਤਰ੍ਹਾਂ ਤਰ੍ਹਾਂ ਹੈਗੇ ਆ ਇੱਕ ਪਰਿਵਾਰ ਦੀ ਤਰ੍ਹਾਂ ਹੈ ਗਿਆ ਇਹ ਜਿਹੜਾ ਹੀ ਸਾਨੂੰ ਸਿਖਿਆ ਉਹ ਜਿਹੜਾ ਪੰਜਾਬੀ ਦਰਸ਼ਨ ਹੈ ਉਹਦੇ ਵਿੱਚੋਂ ਮਿਲਦੀ ਹੈ ਤੇ ਇਸ ਤਰ੍ਹਾਂ ਸਾਡੇ ਦੁਨੀਆ ਭਰ ਦੇ ਲੋਕਾਂ ਨਾਲ ਅچھے ਸਬੰਧ ਬਣਦੇ ਆ ਅਸੀਂ ਉਹਨਾਂ ਦੀਆਂ ਜ਼ਬਾਨਾਂ ਉਹਨਾਂ ਦੇ ਧਰਮ ਉਹਨਾਂ ਦੇ ਸਭਿਆਚਾਰ ਉਹਨਾਂ ਦਾ ਵੀ ਅਸੀਂ ਸਤਿਕਾਰ ਕਰਦੇ ਸਮਰੱਥ ਹੁੰਨੇ ਆ ਕਿਉਂਕਿ ਸਾਡਾ ਜਿਹੜਾ ਪੰਜਾਬੀ ਦਰਸ਼ਨ ਹੈ ਇਹ ਸਾਨੂੰ ਇਹਦਾ ਸੰਦੇਸ਼ ਦਿੰਦਾ ਬਿਲਕੁਲ ਤੇ ਮਾਨਕ ਸਾਹਿਬ ਮੈਂ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਇਹ ਜ਼ਰੂਰ ਲਿਆਉਣਾ ਚਾਹੁੰਦਾ ਕਿ ਇਸ ਮਾਰਚ ਦੇ ਵਿੱਚ ਕਿਸੇ ਇੱਕ ਵਰਗ ਦੇ ਕਿਸੇ ਇੱਕ ਧਰਮ ਦੇ ਲੋਕਾਂ ਦੇ ਵੱਲੋਂ ਸ਼ਿਰਕਤ ਨਹੀਂ ਕੀਤੀ ਜਾਂਦੀ ਇਹਦੇ ਵਿੱਚ ਲਿਖ ਵੀ ਹੁੰਦੇ ਨੇ ਬੁੱਧੀਜੀਵੀ ਵੀ ਹੁੰਦੇ ਨੇ ਵਪਾਰੀ ਵੀ ਹੁੰਦੇ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਜੋ ਕੰਮ ਕਰਦੀਆਂ ਨੇ ਉਹ ਹੁੰਦੀਆਂ ਨੇ ਤੇ ਪੰਜਾਬੀ ਗਾਇਕੀ ਦੇ ਨਾਲ ਜੁੜੇ ਹੋਏ ਚੰਗੇ ਕਲਾਕਾਰ ਆ ਜਿਹੜੇ ਉਹ ਸ਼ਿਰਕਤ ਕਰਦੇ ਨੇ ਇਸ ਵਾਰ ਮਲਕੀਤ ਸਿੰਘ ਮਨਮੋਹਨ ਵਾਰਸ ਲਖਵਿੰਦਰ ਵਡਾਲੀ ਨੂਰਾ ਪੈਣਾ ਤੇ ਰਣਜੀਤ 바ਵਾ ਵਰਗੇ ਕਲਾਕਾਰਾਂ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਮਾਨ ਸਰ ਅਗਲੀ ਖਬਰ ਦੇ ਵੱਲ ਵਧਦੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੀਆਂ ਜੋ ਚੋਣਾਂ ਨੇ ਉਸ ਹਿਰਦੇ ਉੱਤੇ ਨੇ ਪੰਜ ਦਲ ਨੇ ਇਸ ਵਕਤ ਉੱਥੇ ਮੈਦਾਨ ਦੇ ਵਿੱਚ ਜ਼ੋਰ ਅਜ਼ਮਾਈ ਬੜੀ ਚੱਲ ਰਹੀ ਹੈ ਜੋ ਕੁਝ ਪੰਜਾਬ ਦੇ ਵਿੱਚ ਦੂਸ਼ਣਵਾਦੀ ਦੇ ਤੌਰ ਦੇ ਉੱਤੇ ਹੋਇਆ ਉਹੀ ਕੁਝ ਉੱਥੇ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਕਮੇਟੀ ਦੀਆਂ ਇਹਨਾਂ ਚੋਣਾਂ ਬਾਰੇ ਰਹਿਣਾ ਜੀ ਜਿਹੜੀਆਂ ਪੰਜਾਬ 'ਚ ਚੋਣਾਂ ਹੋਈਆਂ ਇਹ ਜਿਸ ਤਰ੍ਹਾਂ ਇਹ ਚੋਣਾਂ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਤੇ ਹੋਰ ਪਾਰਟੀਆਂ ਨੇ ਇਹ ਜਿਹੜੀਆਂ ਜਿੱਤਨ ਕੀਤੇ ਆ ਜਾਂ ਜੋ ਜਿਹੜੀਆਂ ਰਣਨੀਤੀ ਉਹਨਾਂ ਨੇ ਪੜਾਈ ਹੈ ਵੋਟਾਂ ਲੈਣ ਲਈ ਉਹ ਉੱਥੇ ਜਿਹੜੀ ਅਕਾਲੀ ਦਲ ਲਈ ਉਲਟ ਪ੍ਰਭਾਵੀ ਬਣਦੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਸਿਧਾਂਤਾਂ ਦਾ ਪੈਰੋਕਾਰ ਸਮਝਦਾ ਤੇ ਜਦੋਂ ਸਿੱਖ ਸਿਧਾਂਤਾਂ ਦੇ ਵਿੱਚ ਡੇਰਾਬਾਦ ਦੀ ਕੋਈ ਥਾਂ ਨਹੀਂ ਹੈ ਤੇ ਡੇਰਾ ਇੱਕ ਡੇਰੇ ਦਾ ਇੱਥੇ ਇਹਨਾਂ ਨੇ ਸਮਰਥਨ ਲਿਆ ਕਈ ਹੋਰ ਡੇਰਿਆਂ ਦਾ ਵੀ ਲਿਆ ਉਹ ਚੀਜ਼ ਜਿਹੜੀ ਆ ਉੱਥੇ ਥੋੜੀ ਜਿਹੀ ਅਕਾਲੀ ਦਲ ਲਈ ਜਿਹੜੀ ਆ ਉਹ ਖਿਆਈ ਪੈਦਾ ਕਰ ਰਹੀ ਹੈ ਬਾਕੀ ਇਹ ਇੱਕ ਗੱਲ ਮੈਂ ਪੱਤਰਕਾਰ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਜੇ ਮਨਜੀਤ ਸਿੰਘ ਜੀ ਕੇ ਜਿਹੜੇ ਕਿ ਦਿੱਲੀ ਅਕਾਲੀ ਦਲ ਦੇ ਸੀਨੀਅਰ ਆਗੂ ਆ ਜੇ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਜਾਏ ਤਾਂ ਉਹਨਾਂ ਨੇ ਜਿਹੜੀ ਪਿਛਲੇ ਆਪਣੀ ਟਰਮ ਸਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਿੱਲੀ ਦੇ ਪ੍ਰਧਾਨ ਵਜੋਂ ਤਾਂ ਉਹਨਾਂ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਉਹਨਾਂ ਨੇ ਜਿਹੜੀ ਉਹ ਜਿਹੜੀਆਂ ਇਤਿਹਾਸਕ ਯਾਦਗਾਰਾਂ ਬਣਾਈਆਂ ਫਿਰ 84 ਚ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਦੀ ਇੱਕ ਯਾਦ ਵਿੱਚ ਇੱਕ ਦੀਵਾਰ ਬਣਾਈ ਹੈ ਇਸ ਤਰ੍ਹਾਂ ਦੇ ਬਾਬਾ ਬੰਦਾ ਬਹਾਦਰ ਦਾ ਦਿਨ ਬੜਾ ਉੱਚੀ ਪੱਧਰ ਤੇ ਮਨਾਇਆ ਤੇ ਫਿਰ ਹਰ ਸਾਲ ਜਿਹੜਾ ਲਾਲ ਕਿਲੇ ਨੂੰ ਫਤਿਹ ਕਰਨ ਦਾ ਦਿਨ ਹੈ ਜਿਹੜਾ ਜਿਹੜਾ ਸਿੱਖ ਪੰਥ ਵੱਲੋਂ ਇੱਕ ਇਤਿਹਾਸਿਕ ਦੌਰ ਚ ਲਾਲ ਕਿਲੇ ਨੂੰ ਫਤਿਹ ਕੀਤਾ ਸੀ ਤੇ ਉਹਦੇ ਉੱਪਰ ਕੇਸਰੀ ਨਿਸ਼ਾਨ ਚਲਾਇਆ ਸੀ ਉਹਦਾ ਦਿਨ ਹਰ ਸਾਲ ਮਨਾਉਣਾ ਸ਼ੁਰੂ ਕੀਤਾ ਤੇ ਦਿੱਲੀ ਦੇ ਅੰਦਰ ਜਿਹੜੇ ਆ ਸਿੱਖ ਸਰੋਕਾਰ ਹੈ ਤੇ ਸਿੱਖ ਧਰਮ ਦੇ ਜਿਹੜੇ ਸਰੋਕਾਰ ਆ ਉਹਨਾਂ ਲਈ ਉਹਨਾਂ ਨੇ ਕੰਮ ਕੀਤਾ ਤੇ ਜੇ ਜੀ ਤੇ ਜੇ ਪੰਜਾਬ ਦਾ ਉਹਨਾਂ ਤੇ ਜਿਹੜਾ ਨਾ ਪੱਖੀ ਪ੍ਰਭਾਵ ਨਾ ਪਵੇ ਜਾਂ ਨਾ ਪੈਂਦਾ ਤੇ ਉਹ ਬਿੱਤਰ ਕਰਕੇ ਜਾਰੀ ਦਿਖਾ ਸਕਦੇ ਸੀ ਹੁਣ ਵੀ ਉਹ ਜਿਹੜੇ ਆ ਮੁਕਾਬਲੇ ਵਿੱਚ ਹੈ ਜਿੱਦਾਂ ਤੁਸੀਂ ਦੱਸਿਆ ਕਿ 4-5 ਜਿਹੜੇ ਆ ਫਰੰਟ ਬਣ ਗਏ ਆ ਤੇ ਮੁਕਾਬਲਾ ਜਿਹੜਾ ਪਹਿਲਾਂ ਨਾਲੋਂ ਕਿਤ ਜਿਆਦਾ ਸਖਤ ਹੋ ਚੁੱਕਾ ਬਾਕੀ ਦੇਖਦੇ ਆ ਇਹ 26 ਜਿਹੜੀ ਹੈ ਫਰਵਰੀ ਨੂੰ ਵੋਟਾਂ ਪੈਣੀਆਂ ਤੇ ਉਹਦੇ ਵਿੱਚ ਕੀ ਹੁੰਦਾ ਉਹ ਦੇਖਦੇ ਆ ਮਾਨਿਕ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਜੇਕਰ ਪੰਜਾਬ ਦਾ ਨਾ ਪੱਖੀ ਪ੍ਰਭਾਵ ਨਾ ਪਵੇ ਤਾਂ ਪਰ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਇਸ ਵਾਰ ਦਿੱਲੀ ਦੇ ਵਿੱਚ ਜਾ ਕੇ ਪ੍ਰਚਾਰ ਘਟ ਰਹੀ ਆ ਕਰ ਰਹੀ ਆ ਜਾਂ ਬਿਲਕੁਲ ਨਹੀਂ ਕਰ ਰਹੀ ਤੁਸੀਂ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਇਹ ਪ੍ਰਭਾਵ ਕਬੂਲਿਆ ਜਾ ਰਿਹਾ ਵੀ ਅਸੀਂ ਦੂਰ ਹੀ ਰਹੀਏ ਕਿਉਂਕਿ ਡੇਰਾਬਾਦ ਦੀ ਦਾ ਜਿਹੜੀ ਉੱਥੇ ਉੱਚਲ ਨਾ ਜਾਵੇ ਬਿਲਕੁਲ ਸਹੀ ਗੱਲ ਹੈ ਐਸੀ ਕਰਕੇ ਉੱਥੇ ਨਹੀਂ ਜਾ ਰਹਾ ਤਾਂ ਕਿ ਪੰਜਾਬ ਦੇ ਅਕਾਲੀ ਲੀਡਰਾਂ ਦੇ ਉੱਥੇ ਜਾਣ ਨਾਲ ਜਿਹੜਾ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਨਾ ਪੱਕੀ ਪ੍ਰਭਾਵ ਉੱਥੇ ਪੈ ਸਕਦਾ ਉਹ ਤੋਂ ਬਚਣ ਲਈ ਇਹ ਹੀ ਜਿਹੜੀ ਅਕਾਲੀ ਦਲ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉੱਥੇ ਨਹੀਂ ਜਾ ਰਹੀ ਜੀ ਮਾਨ ਸਾਹਿਬ ਹੁਣ ਜਦੋਂ 11 ਮਾਰਚ ਨੂੰ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਕਿਹਨੂੰ ਬਹੁਮਤ ਮਿਲੇਗਾ ਕਿਹਨੂੰ ਨਹੀਂ ਮਿਲੇਗਾ ਕੁਝ ਕਹਿ ਨਹੀਂ ਸਕਦੇ ਪਰ ਅਕਾਲੀ ਦਲ ਦੇ ਕੁਝ ਇੱਕ ਆਗੂਆਂ ਦੇ ਬਾਬਤ ਨਵੇਂ-ਨਵੇਂ ਖੁਲਾਸੇ ਜਿਹੜੇ ਉਹ ਹੋਣੇ ਸ਼ੁਰੂ ਹੋ ਗਏ ਆ ਦਿਆਲ ਸਿੰਘ ਕੋਲਿਆਵਾਲੀ ਜਿਹੜੇ ਕਿ ਮਾਲਵਾ ਖੇਤਰ ਦੇ بڑے ਰਸੂਖਦਾਰ ਨੇਤਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਦਾ ਕਹਿੰਦੇ ਆ ਕਿ ਬਿਜਲੀ ਦਾ ਮੀਟਰ ਪੁੱਟਿਆ ਗਿਆ ਤੇ ਪਾਵਰ ਕਾਮ ਨੇ ਉਹਨਾਂ ਦੇ ਕੋਲੋਂ 23 ਲੱਖ ਰੁਪਏ ਦੀ ਵਸੂਲੀ ਕਰਨੀ ਆ ਕੀ ਕਹਿਣਾ ਚਾਹੋ? ਦੇਖੋ ਰੈਣਾ ਜੀ ਕੋਈ ਵੀ ਜਿਹੜਾ ਲੀਡਰ ਹੋਵੇ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਨੂੰ ਜੋ ਦੇਸ਼ ਦਾ ਜੋ ਜਿਸ ਰਾਜ ਵਿੱਚ ਰਹਿੰਦਾ ਉੱਥੇ ਦਾ ਜੋ ਨਿਜ਼ਾਮ ਆ ਉਹਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੁੰਦਾ ਜੇ ਉਹ ਬਿਜਲੀ ਬਾਲ ਰਿਹਾ ਤਾਂ ਉਹਨੂੰ ਪੈਸੇ ਦੇਣੇ ਚਾਹੀਦੇ ਸੀ ਨਾਲੋਂ ਨਾਲ ਅਗਰ ਉਹਨੇ ਆਪਣੀ ਸਤਾਤਾਰੀਆਂ ਦੇ ਨੇੜੇ ਹੋਣ ਕਰਕੇ ਜਾਂ ਸਤਾਤਾਰੀ ਅਕਾਲੀ ਦਲ ਦਾ ਹਿੱਸਾ ਹੋਣ ਕਰਕੇ ਆਪਣਾ ਪਿਛਲੇ ਲੰਬੇ ਸਮੇਂ ਤੋਂ ਬਿੱਲ ਨਹੀਂ ਜਮ੍ਹਾਂ ਕਰਾਇਆ ਤਾਂ ਇਹ ਇੱਕ ਬਹੁਤ ਗਲਤ ਗੱਲ ਹੈ ਔਰ ਨਿੰਦਣਯੋਗ ਗੱਲ ਹੈ ਇਹਦੇ ਤੇ ਉਹਦਾ ਨਾਂ ਸਿਰਫ ਮੀਟਰ ਨਹੀਂ ਕੱਟਣਾ ਚਾਹੀਦਾ ਬਲਕਿ ਉਹਦੇ ਖਿਲਾਫ ਜਿਹੜੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਠਗੀਆਂ ਠੋਰੀਆਂ ਕਰਨ ਵਾਲੇ ਲੋਕਾਂ ਨੂੰ ਇਨਾ ਮਹੱਤਵ ਕਿਉਂ ਦਿੱਤਾ ਜਾ ਰਿਹਾ ਸੀ ਜਿਹੜਾ ਕਾਨੂੰਨ ਹੈ ਦਾ اور ਦੇਸ਼ ਦੀ ਇੱਕ ਵਿਵਸਥਾ ਆ ਉਹਦੇ ਵਿੱਚ ਰਹਿਣਾ ਚਾਹੀਦਾ ਜਿਹੜੇ ਤੁਸੀਂ ਬਿਜਲੀ ਵાળ ਰਹੇ ਆ ਉਹਦੀ ਖਪਤ ਕਰ ਰਹੇ ਆ ਤੇ ਮੀਟਰ ਬਿੱਲ ਤੁਸੀਂ ਕੋਈ ਦੇ ਨਹੀਂ ਰਹੇ ਇਹ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਤੁਸੀਂ ਆਪਣੀ ਜਿਹੜੀ ਪਾਰਟੀ ਨਾਲ ਜਿਹਦੇ ਨਾਲ ਸੰਬੰਧਤ ਹੈ ਉਹਦਾ ਵੀ ਅਕਸਰਾਮ ਕਰ ਰਹੇ ਆ ਆਪਣਾ ਵੀ ਅਕਸਰਾਮ ਕਰ ਰਹੇ ਆ ਤੇ ਵਿਰੋਧੀ ਪਾਰਟੀਆਂ ਨੂੰ ਆਲੋਚਨਾ ਦਾ ਮੌਕਾ ਦੇ ਰਹੇ ਆ ਬਿਲਕੁਲ ਤੇ ਮਾਨਕ ਸਾਹਿਬ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਨਤੀਜੇ ਤਾਂ ਉਹਨੇ 11 ਮਾਰਚ ਨੂੰ ਪਰ ਉਸ ਤੋਂ ਪਹਿਲਾਂ ਜੋ ਹੈ ਕਈ ਤਰ੍ਹਾਂ ਦੀਆਂ ਕਿਆਸਰਾਂਗੀਆਂ ਕੀਤੀਆਂ ਜਾ ਰਹੀਆਂ ਕੋਈ ਸ਼ਰਤਾਂ ਲਾ ਰਿਹਾ ਕਿ ਗਠਜੋੜ ਦੀ ਸਰਕਾਰ ਤੀਜੀ ਵਾਰ ਆਉ ਕੋਈ ਸ਼ਰਤਾਂ ਲਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਆਉ ਕੋ ਕਾਂਗਰਸ ਦੀ ਗੱਲ ਕਰਦੇ ਨੇ ਬਤੌਰ ਪੱਤਰਕਾਰ ਜੋ ਜੋ ਤੁਸੀਂ ਸਾਰਾ ਕੁਝ ਦੇਖਿਆ ਇਹਨਾਂ ਚੋਣਾਂ ਦੇ ਮੌਕੇ ਤੁਹਾਡੇ ਉੱਤੇ ਕੀ ਪ੍ਰਭਾਵ ਆ ਵੀ ਕਿਹੜੀ ਪਾਰਟੀ ਦਾ ਪ੍ਰਭਾਵ ਲੋਕਾਂ ਦੇ ਉੱਤੇ ਜਾਣਾ ਸੀ ਜਾਂ ਕਿਹੜੀ ਪਾਰਟੀ ਦੀ ਸਰਕਾਰ ਬਣਨ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਇਹ ਟੈਣਾ ਜੀ ਜੋ ਪੰਜਾਬ ਦੇ ਵਿੱਚ ਚੋਣਾਂ ਚ ਮਾਹੌਲ ਰਿਹਾ ਉਹ ਤੋਂ ਇਹ ਲੱਗਦਾ ਕਿ ਅਗਲੀ ਸਰਕਾਰ ਬਣਾਉਣ ਲਈ ਜਿਹਦੇ ਨਤੀਜੇ 11 ਮਾਰਚ ਨੂੰ ਆਣੇ ਅਗਲੀ ਸਰਕਾਰ ਬਣਾਉਣ ਲਈ ਮੁੱਖ ਜਿਹੜੀ ਟੱਕਰ ਹੈ ਉਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਰਮਿਆਨ ਹੈਗੀ ਹੈ ਤੇ ਇਹਦੇ ਵਿੱਚ ਅਕਾਲੀ ਦਲ ਭਾਜਪਾ ਗੱਠ ਜੋੜ ਜਿਹੜਾ ਉਹ ਤੀਜੇ ਸਥਾਨ ਤੇ ਉਹਦੀ ਰਹਿਣ ਦੀ ਸੰਭਾਵਨਾ ਆ ਜੋ ਇਸ ਤਰ੍ਹਾਂ ਲੱਗਦਾ ਬਾਕੀ ਜਿਹੜੇ ਅੰਤਮ ਨਤੀਜੇ ਤਾਂ 11 ਮਾਰਚ ਨੂੰ ਹੀ ਆਉਣੇ ਆ ਪਰ ਦੋਨਾਂ ਪਾਰਟੀਆਂ ਚ ਇਹ ਜ਼ਿਆਦਾ ਜਿਹੜਾ ਟਕਰਾ ਆ ਸਰਕਾਰ ਬਣਾਉਣ ਲਈ ਜੇ ਤਾਂ ਜਿਸ ਤਰ੍ਹਾਂ ਦੀ ਚਰਚਾ ਜਿਹੜੀ ਆ ਅਸੀਂ ਸੁਣੀ ਹੈ ਜਿਹੜਾ ਲੋਕ ਜਿਸ ਤਰ੍ਹਾਂ ਆਪਣੇ ਪ੍ਰਭਾਵ ਦਿੰਦੇ ਰਹੇ ਆ ਜੇ ਉਸੇ ਹੀ ਤਰ੍ਹਾਂ ਵੋਟਾਂ ਪਈਆਂ ਦਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਜੇ ਉਸ ਤਰ੍ਹਾਂ ਵੋਟਾਂ ਨਹੀਂ ਪਈਆਂ ਜਿਹੜੀ ਲੋਕਾਂ 'ਚ ਤਬਦੀਲੀ ਦੀ ਭਾਵਨਾ ਸੀ ਉਹ ਮਾਲਵੇ ਦੇ ਕੁਝ ਹਿੱਸਿਆਂ ਤੱਕ ਸੀਮਤ ਰਹੀ ਹੈ ਤੇ ਮਾਝੇ 'ਚ ਤੇ ਦੁਆਬੇ 'ਚ ਉਹ ਤਬਦੀਲੀ ਜਿਹੜੀ ਆ ਬਹੁਤੀ ਆਮ ਆਦਮੀ ਪਾਰਟੀਆਂ ਆਮ ਆਦਮੀ ਉਹ ਤਬਦੀਲੀ ਆ ਦੀ ਭਾਵਨਾ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਬਹੁਤੀਆਂ ਵੋਟਾਂ ਜੇ ਨਹੀਂ ਜੇ ਨਾ ਦਵਾ ਸਕੀ ਤੇ ਫਿਰ ਇੱਥੇ ਸੀਟਾਂ ਦੁਆਬੇ ਤੇ ਮੱਝ ਜੇ ਕਾਂਗਰਸੀਆਂ ਵਧ ਗਈਆਂ ਤੇ ਫਿਰ ਕਾਂਗਰਸੀ ਸਰਕਾਰ ਬਣਨ ਦੀ ਸੁਭਾਵਨਾ ਵੱਧ ਜਾਣੀ ਹੈ ਇਹ ਸੋ ਇਹ ਜਿਹੜੀ ਗੱਲ ਹਜੇ ਵੀ ਭੇਦ ਬਣੀ ਹੋਈ ਆ ਕੋਈ ਵੀ ਜਿਹੜਾ ਰਾਜਨੀਤਿਕ ਵਿਸ਼ਲੇਸ਼ਣਕਾਰ ਆ ਇਹਦੇ ਬਾਰੇ ਕੋਈ ਸਪਸ਼ਟ رائے ਨਹੀਂ ਦੇ ਸਕਦਾ ਕਿ ਜਿਹੜੀ ਆ 11 ਮਾਰਚ ਨੂੰ ਕਿਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਜਦੋਂ ਮਸ਼ੀਨਾਂ ਚ ਰਿਜ਼ਲਟ ਸਾਹਮਣੇ ਆਣਗੇ ਉਦੋਂ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਹਦੀ ਬੇੜੀ ਜਿਹੜੀ ਆ ਤਰ ਗਈ ਤੇ ਕਿਹਦੀ ਬੇੜੀ ਡੁੱਬ ਗਈ ਹੈ ਜੀ ਤੇ ਮਾਨਕ ਸਾਹਿਬ ਅਸੀਂ ਇੱਕ ਲੋਕ ਬੋਲੀ ਸੁਣਦੇ ਹੁੰਦੇ ਸੀ ਕਿ ਚੰਦਰਾ ਗਵਾਂਢ ਨਾ ਹੋਵੇ ਸਾਡਾ ਹਰਿਆਣਾ ਜਿਹੜਾ ਗਵਾਂਢੀ ਸੂਬਾ ਉਹ ਹੈ ਤਾਂ ਬਹੁਤ ਚੰਗਾ ਸਾਡਾ ਕਈ ਮਾਮਲਿਆਂ ਦੇ ਵਿੱਚ ਸਹਿਯੋਗੀ ਵੀ ਹੈ ਪਰ ਉੱਥੋਂ ਦੀ ਇੱਕ ਰਾਜਨੀਤਿਕ ਤੈਰਾ ਜਿਹੜੀ ਇੰਡੀਅਨ ਨੈਸ਼ਨਲ ਲੋਕਦਲ ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਨਹਿਰ ਦੀ ਖੁਦਾਈ ਕਰਨੀ ਹੈ ਇਹਨੂੰ ਪੁੱਟ ਲੈਣਾ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਤਣਾ ਵਾਲਾ ਮਾਹੌਲ ਵੀ ਬਣ ਸਕਦਾ ਉੱਥੇ ਪੁਲਿਸ ਕਰਮਚਾਰੀਆਂ ਦਾ ਇੱਕ ਬੰਨ ਬਣਾ ਦਿੱਤਾ ਗਿਆ ਕੀ ਕਹਿਣਾ ਚਾਹੂੰਗਾ ਦੇਖੋ ਟਹਣਾ ਜੀ ਇਸ ਤਰ੍ਹਾਂ ਦੀ ਪਹੁੰਚ ਇਕਤਿਆਰ ਕਰਕੇ ਜਾਂ ਇਸ ਤਰ੍ਹਾਂ ਦਾ ਸਟੈਂਡ ਲੈ ਕੇ ਕੋਈ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਲੋਕਾਂ ਦੀ ਜਿਹੜੀ ਆ ਵਾਵਾ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ ਹੋ ਸਕਦਾ ਕਿਸੇ ਟਾਈਮ ਤੇ ਥੋੜਾ ਬਹੁਤਾ ਉਹਨੂੰ ਸਿਆਸੀ ਲਾਭ ਵੀ ਮਿਲ ਜਾਏ ਪਰ ਇਹ ਦੇਸ਼ ਦੀ ਸਦਭਾਵਨਾ ਦੇ ਹੱਕ 'ਚ ਨਹੀਂ ਦੋ ਰਾਜਾਂ ਦੇ ਸਬੰਧਾਂ ਦੇ ਹੱਕ 'ਚ ਗੱਲ ਨਹੀਂ ਹੈਗੀ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਕੋਲ ਹੈਗਾ ਸੁਪਰੀਮ ਕੋਰਟ ਸਾਰੀ ਚੀਜ਼ ਨੂੰ ਦੇਖ ਰਿਹਾ ਉਹਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਆਦੇਸ਼ ਦਿੱਤੇ ਹੋਏ ਤੇ ਇਹਦਾ ਨਬਟਾਰਾ ਜਿਹੜਾ ਜਾਂ ਤਾਂ ਪੰਜਾਬ ਤੇ ਹਰਿਆਣਾ ਦੀ ਸਰਕਾਰ ਨੂੰ ਤੇ ਹੋਰ ਸਬੰਧ ਧਿਰਾਂ ਮਿਲ ਬੈਠ ਕੇ ਕਰਨਾ ਚਾਹੀਦਾ ਜਿਹੜੇ ਦੋਨਾਂ ਤਿਹਾਂ ਦੇ ਜਿਹੜੇ ਪੱਖਿਆ ਸੁਣੇ ਜਾਣੇ ਸਮਝੇ ਜਾਣੇ ਚਾਹੀਦੇ ਹੈ ਕੇਂਦਰ ਪਹਿਲ ਕਦਮੀ ਕਰੇ ਉਹ ਕੋਈ ਮناسب ਹੱਲ ਇਹਦਾ ਕੱਢੇ ਜੇ ਨਹੀਂ ਹੁੰਦਾ ਤੇ ਫਿਰ ਅਦਾਲਤਾਂ ਨੂੰ ਫੈਸਲੇ ਕਰਨ ਦੇਣੇ ਚਾਹੀਦੇ ਹੈ ਤੇ ਉਹ ਬਾਕੀ ਜਿਹੜੀਆਂ ਕੋਈ ਇਸ ਤਰ੍ਹਾਂ ਦੇ ਟਕਰਾ ਤਣਾਅ ਪੈਦਾ ਕਰਨੇ ਦੋਨਾਂ ਰਾਜਾਂ ਚ ਉਹ ਉਹ ਠੀਕ ਨਹੀਂ ਹੈਗੀ ਤੇ ਤੁਸੀਂ ਟਹਿਣਾ ਜੀ ਗੱਲ ਕੀਤੀ ਆ ਸਤਲੋ ਜਮਨਾ ਲਿੰਕ ਨਹਿਰ ਦੀ ਇਸ ਤੋਂ ਇਲਾਵਾ ਹਰਿਆਣੇ ਚ ਰਾਖਮੇਗਨ ਦਾ ਮੁੱਦਾ ਜਿਹੜਾ ਉਹ ਬੜਾ ਪਖਿਆ ਹੋਇਆ जाट ਅੰਦੋਲਨ ਫਿਰ ਜਿਹੜਾ ਬੜਾ ਤੇਜ਼ ਹੋਇਆ ਹੈ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਐਕਸ਼ਨ ਆਉਣ ਵਾਲੇ ਦਿਨਾਂ ਲਈ ਐਲਾਨੇ ਹੋਇਆ ਉਹਨੂੰ ਮੁੱਖ ਰੱਖ ਕੇ ਦਿੱਲੀ ਨੂੰ ਜਿਹੜੇ ਲੋਕਾਂ ਨੇ ਪੰਜਾਬ ਦੇ ਆ ਨੇ ਜਾਣਾ ਉੱਥੋਂ ਆਪਣੀਆਂ ਫਲਾਈਟਸ ਵਗੈਰਾ ਫੜਨੀਆਂ ਉਹਨਾਂ 'ਚ ਬੜੀ ਚਿੰਤਾ ਪਾਈ ਜਾ ਰਹੀ ਆ ਕੀ ਉਹਨਾਂ ਨੂੰ ਸੜਕਾਂ 'ਈ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਤੇ ਇਸ ਤਜੀ ਦਾ ਫਾਇਦਾ ਉਠਾਉਂਦੇ ਆ ਸਾਡੀਆਂ ਜਿਹੜੀਆਂ 에ਰਲਾਈਨਸ ਐ ਪ੍ਰਾਈਵੇਟ ਇਹ ਸਰਕਾਰੀ ਉਹਨਾਂ ਨੇ ਆਪਣੇ ਰੇਟ ਜਿਹੜੇ ਕਈ ਗੁਣਾ ਵਧਾ ਦਿੱਤੇ ਮੈਨੂੰ ਟਹਿਣਾ ਜੀ ਗੱਲ ਇਹ ਸਮਝ ਨਹੀਂ ਆਦੀ ਜਦੋਂ ਕੋਈ ਦੁੱਖ ਤਕਲੀਫ ਵਾਲੀ ਗੱਲ ਹੋਵੇ ਕੋਈ ਸੰਕਟ ਪੈਦਾ ਹੋਵੇ ਤੇ ਜਿਹੜੀਆਂ ਰੇਲ ਜਿਹੜੀਆਂ 에ਅਰਲਾਈਨਸ ਉਹਨਾਂ ਨੂੰ ਆਪਣੇ ਮਿੱਥੇ ਹੋਏ ਜਿਹੜੇ ਰੇਟ ਉਹਨਾਂ ਉੱਪਰ ਖੜੇ ਹੋਣਾ ਚਾਹੀਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਕੋਈ ਸੰਕਟ ਪੈਦਾ ਹੁੰਦਾ ਲੋਕ ਸੜਕ ਰਾਹੀਂ ਅਵਾਜਾਈ ਨਹੀਂ ਕਰ ਸਕਦੇ ਜਾਂ ਰੇਲਵੇ ਰਾਹੀਂ ਬਵਾਜਾਈ ਨਹੀਂ ਕਰ ਸਕਦੇ ਲੋਕ ਹਵਾਈ ਜਿਹੜੀਆਂ ਉਡਾਨਾਂ ਉਹਨਾਂ ਰਹੀ ਜਿਹੜਾ ਸਫ਼ਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਆਪਣੇ ਰੇਟ ਤਿੰਨ ਚਾਰ ਗੁਣਾ ਵਧਾ ਦਿੰਦੇ ਆ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਹੋ ਰਿਹਾ ਤੇ ਸਰਕਾਰਾਂ ਇਹਦੇ ਤੇ ਸੁੱਤੀਆਂ ਕਿਉਂ ਪਈ ਰਹੀਆਂ ਕਿਉਂ ਪਈਆਂ ਉਹਨਾਂ ਨੂੰ ਜਿਹੜੀਆਂ 에ਅਰਲਾਈਨਸ ਆ ਉਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਕਿ ਤੁਸੀਂ ਜੇ ਇੱਕ ਸੰਕਟ ਪੈਦਾ ਹੋਇਆ ਤੁਸੀਂ ਲੋਕਾਂ ਦੀ ਲੁੱਟਖਸਟ ਸ਼ੁਰੂ ਕੀਤੀ ਹੈ ਜਿਹੜੀਆਂ 에ਅਰਲਾਈਨਸ ਨੇ ਆਪਣੇ ਰੇਟ ਮਿਥੇ ਹੋਏ ਆ ਉਹ ਆਪਣਾ ਖਰਚ ਦੇਖ ਕੇ ਪਲੱਸ ਆਪਣਾ ਨੋਰਮਲ ਪ੍ਰੋਫਿਟ ਜਮਾ ਕਰਕੇ ਰੇਟ ਤੈਅ ਕਰਦੀਆਂ ਤੇ ਫੇਰ ਉਹਨਾਂ ਰੇਟਾਂ ਤੇ ਉਹਨਾਂ ਨੂੰ ਖੜੇ ਰਹਿਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਸੰਕਟ ਪੈਦਾ ਹੋ ਗਿਆ ਤੁਸੀਂ ਜਿਹੜੇ ਜੇ ਕਿਸੇ ਨੇ ਵਿਦੇਸ਼ ਜਾਣਾ ਜਿਨ੍ਹਾਂ ਨੇ ਉਹਨੇ ਪੈਸੇ ਵਿਦੇਸ਼ ਜਾਣ ਨੂੰ ਨਹੀਂ ਲੱਗਦੇ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਨੂੰ ਲੱਗ ਜਾਂਦੇ ਸੋ ਇਹ ਪਿਛਲੇ ਸਮੇਂ 'ਚ ਵੀ ਜਦੋਂ ਰਕਮੇ ਕਰਨ ਦਾ ਦੌਰਨ ਵਧਿਆ ਉਦੋਂ ਵੀ ਇਹ ਲਾਈਨਸ ਨੇ ਲੋਕਾਂ ਦੀ ਲੁੱਟਖਸਟ ਕੀਤੀ ਹੈ ਤੇ ਹੁਣ ਫੇਰ ਜਿਹੜੀਆਂ 에ਅਰ ਲਾਈਨਸ ਇਸ ਤਰ੍ਹਾਂ ਦੀ ਲੁੱਟਖਸਟ ਕਰਨ ਦੀ ਤਿਆਰੀ ਕਰ ਰਹੀਆਂ ਜੀ ਜੀ ਤੇ ਮਾਨਕ ਸਾਹਿਬ ਤਮਨ ਲਾਡੂ ਦੀ ਗੱਲ ਕਰਦੇ ਆ ਕਿ ਉੱਥੇ ਜਿਸ ਤਰੀਕੇ ਦੇ ਨਾਲ ਰਾਜਨੀ ਮੁੱਖ ਮੰਤਰੀ ਬਣਨਾ ਸੀ ਪਰ ਜੇਲ੍ਹ ਜਾਣਾ ਪੈ ਗਿਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਤੇ ਪਲਾਨੀ ਸਾਮੀ ਨੇ ਜਿਹੜੇ ਉਹਨਾਂ ਦੇ ਬਾਬਤ ਕੋਈ ਚਿਤਚੇਤਾ ਵੀ ਨਹੀਂ ਸੀ ਕਿ ਉਹ ਮੁੱਖ ਮੰਤਰੀ ਬਣ ਜਾਣਗੇ ਪਰ ਉਹ ਮੁੱਖ ਮੰਤਰੀ ਬਣ ਗਏ ਨੇ ਤੁਸੀਂ ਕੀ ਮੰਨਦੇ ਹੋ ਕਿ ਪਨੀਰ ਸੇਲਵਮ ਦਾ ਧੜਾ ਜਿਹੜਾ ਉਹ ਚੁੱਪ ਕਰਕੇ ਬੈਠਾ ਰਹੇਗਾ ਜਾਂ ਕੋਈ ਨਾ ਕੋਈ ਹੋਰ ਕਰਵਟ ਉਥੋਂ ਦੀ ਰਾਜਨੀਤੀ ਲਾਏਗੀ ਟਾਣਾ ਜੀ ਜਿਹੜੀ ਉੱਥੇ ਦੀ ਰਾਜਨੀਤੀ ਹੈ ਉਨ ਉਸ ਥਿਰ ਹੋਣ ਲਈ ਅਜੇ ਸਮਾਂ ਲੱਗੂਗਾ ਉਹ ਦੇ ਜਿਹੜਾ ਅਨਾ ਡੀਐਮਕੇ ਪਾਰਟੀ ਦੀ ਬੜੀ ਵੱਡੀ ਲੀਡਰ ਜਿਹਦੇ ਨਾਂ ਦਾ ਸਿੱਕਾ ਚੱਲਦਾ ਸੀ ਉਹ ਜਿਹੜੀ ਆ ਅਚਾਨਕ ਰਾਜਨੀਤਿਕ ਦ੍ਰਿਸ਼ ਤੋਂ ਅਲੋਪ ਹੋ ਗਈ ਹੈ ਤੇ ਉਹਦੇ ਵਿੱਚ ਜਿਹੜੇ ਬਾਕੀ ਬਚ ਗਏ ਲੀਡਰ ਹੈ ਉਹਨਾਂ ਚ ਨੰਬਰ 1 ਸਥਿਤੀ ਹਾਸਲ ਕਰਨ ਲਈ ਜਿਹੜਾ ਸੰਘਰਸ਼ ਹੋਣਾ ਕੁਦਰਤੀ ਗੱਲ ਹੈ ਜਦੋਂ ਖਾਸ ਕਰਕੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਸ਼ਖਸੀਅਤ ਆਧਾਰਿਤ ਹੋਣ ਇੱਕ ਸ਼ਖਸੀਅਤ ਦੁਆਲੇ ਕੇਂਦਰਿਤ ਹੋਣ ਤੇ ਉਹ ਜੇ ਉਹ ਸ਼ਖਸੀਅਤ ਨਾ ਰਵੇ ਤੇ ਫੇਰ ਸ਼ਖਸੀਤਾਂ 'ਚ ਟਕਰਾਅ ਹੋ ਜਾਂਦਾ ਕਿ ਕਿਹੜੀ ਸ਼ਖਸੀਅਤ ਜਿਹੜੀ ਆ ਉਸੇ ਹੀ ਤਰ੍ਹਾਂ ਵਿਅਕਤੀਗਤ ਤੌਰ ਤੇ ਮੁੜ ਕੇ ਪਾਰਟੀ ਦੇ ਕਬਜ਼ੇ ਹੋਵੇ ਸੋ ਇਸ ਕਰਕੇ ਉੱਥੇ ਜਿਹੜੀ ਸਥਿਤੀ ਚੱਲ ਰਹੀ ਹੈ ਬਾਕੀ ਜਿਹੜੀ ਕੌਮੀ ਰਾਜਨੀਤੀ 'ਚ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ ਜਿਹੜੀ ਹੋੜ ਜਾਂ ਟਕਰਾਅ ਚੱਲ ਰਿਹਾ ਇਹ ਵੀ ਜਿਹੜਾ ਤਾਮਿਲਨਾਡ ਦੀ ਰਾਜਨੀਤੀ ਨੂੰ ਪ੍ਰਾਪਤ ਕਰ ਰਿਹਾ ਜਿਹੜਾ ਸ਼ਸ਼ੀਕਲਾ ਦਾ ਧੜਾ ਇਹ ਦੀ ਕਾਂਗਰਸ ਨਾਲ ਨੇੜ ਦਾ ਤੇ ਜਿਹੜਾ ਦੂਜਾ ਪਨੀਰ ਸੇਲਮ ਦਾ ਧੜਾ ਉਹਦੀ ਭਾਜਪਾ ਨਾਲ ਨੇੜ ਦਾ ਜਿਹੜੀ ਉੱਥੇ ਕਾਂਗਰਸ ਵੀ ਯਤਨ ਕਰ ਰਹੀ ਹੈ ਕਿ ਸਾਡੇ ਸਮਰਥਕ ਹੈ ਜਿਹੜੇ ਉੱਥੇ ਕਾਬਜ ਹੋਣ ਤੇ ਜਿਹੜੀ ਭਾਜਪਾ ਵੀ ਯਤਨ ਕਰ ਰਹੀ ਆ ਉਥੇ ਸਾਡੇ ਸਮਰਥਕ ਕਾਬਜਾ ਹੋਣ ਇਸ ਕਰਕੇ ਜਿਹੜਾ ਹਾਲ ਦੀ ਘੜੀ ਜਿਹੜੀ ਆ ਉਹ ਸ਼ਸ਼ੀ ਕਲਾ ਦਾ ਤੜਾ ਜਿਹੜਾ ਉਹਦਾ ਹੱਥ ਉੱਪਰ ਰਿਹਾ ਉਹਦੇ ਵੱਲੋਂ ਬਣਾਏ ਗਏ ਨਵੇਂ ਮੁੱਖ ਮੰਤਰੀ ਨੇ ਆਪਣੀ ਜਿਹੜੀ ਉਹ ਗੱਦੀ ਸੰਭਾਲ ਲਈ ਹੈ ਪਰ ਜਿਹੜਾ ਪਨੀਰ ਸੇਲਮ ਦਾ ਤੜਾ ਆ ਉਹ ਵੀ ਕਿਸੇ ਨਾ ਕਿਸੇ ਰੂਪ ਚ ਆਪਣੀ ਹੋਂਦ ਪ੍ਰਗਟਾਉਣ ਦਾ ਯਤਨ ਕਰਦਾ ਰਹੇਗਾ ਔਰ ਸੱਤਾਧਾਰੀ ਤੇ ਲਈ ਸਮੱਸਿਆਵਾਂ ਖੜੀਆਂ ਕਰਦਾ ਰਹੇਗਾ ਜੀ ਮਾਨਕ ਸਾਹਿਬ ਖਬਰਾਂ ਕਈ ਹੋਰ ਵੀ ਸਨ ਜਿਨ੍ਹਾਂ ਦੇ ਉੱਤੇ ਤੁਹਾਡੀਆਂ ਟਿੱਪਣੀਆਂ ਲੈਣੀਆਂ ਬਣਦੀਆਂ ਸਹੀ ਪਰ ਜੋ ਵਕਤ ਹੈ ਉਹ ਰੁਕਣ ਦਾ ਇਸ਼ਾਰਾ ਕਰ ਰਿਹਾ ਅਗਲੇ ਹਫਤੇ ਫਿਰ ਇਸੇ ਪ੍ਰੋਗਰਾਮ ਦੇ ਤਹਿਤ ਤੁਹਾਡੇ ਕੋਲੋਂ ਖਬਰਾਂ ਦੇ ਉੱਤੇ ਚਰਚਾ ਕਰਾਵਾਂਗੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਧੰਨਵਾਦ ਸਮਾਂ ਕੱਢਣ ਦੇ ਲਈ ਸ਼ੁਕਰੀਆ ਜੀ